ਹੈਗੀ ਸਾਡੇ ਕੋਲ ਦਿੱਲੀ ਵਾਲਾ ਰਸਤਾ ਹੈਗਾ ਹੀ ਆਪਾਂ ਹੋਰ ਰਸਤੇ ਹੈਗੇ ਆ ਅੱਛਾ ਦਿੱਲੀ ਵਾਲਾ ਰਸਤਾ ਹੈਗਾ ਹੀ ਆਪਣੇ ਕੋਲ ਤਾਂ ਵੱਡਾ ਕੋਈ ਨਹੀਂ ਸਰਕਾਰ ਨੇ ਕੱਢੀ ਕੋਰਟ ਅਗਲੇ ਕਿ ਤੁਸੀਂ ਗਏ ਸੀ ਕੋਰਟ ਜਾਈ ਪੜੀ ਗਏ ਮੈਂ ਇੰਦਰਜੀਤ ਸਿੰਘ ਪਹਿਲਾਂ ਕਿਸ ਮੁੱਦਿਆਂ ਨੂੰ ਲੈ ਕੇ ਅੱਜ ਜੈਟ ਕਿਤੋਂ ਮੀਟਿੰਗ ਅੱਜ ਸਾਡਾ ਇੱਕ ਪੂਰੇ ਉੱਤਰ ਭਾਰਤ ਨੂੰ ਇਕੱਠਾ ਕਰਨ ਦਾ ਇੱਕ ਮੁਹਿੰਮ ਚੱਲੀ ਹੈ ਜਿਹੜੀ ਕਿ ਸੰਯੁਕਤ ਸੰਘਰਸ਼ ਸਮਿਤੀ ਸੀ ਬਣਾਈ ਹੋਈ ਹੈ ਉਹਦੇ ਵਿਚਕਾਰ ਅੱਜ ਪੰਜਾਬ ਦੀਆਂ ਤਿੰਨੋਂ ਮੁੱਖ ਯੂਨੀਅਨਾਂ ਆਪਣਾ ਯੂਨਾਈਟਡ PTU ਅਤੇ ਆਜ਼ਾਦ ਟੈਕਸੀ ਇਹ ਤਿੰਨਾਂ ਨੇ ਇਕੱਠਾ ਹੋ ਕੇ ਗਠਬੰਧਨ ਕੀਤਾ ਹੈ ਔਰ ਜੋ ਸਾਨੂੰ ਪਰੇਸ਼ਾਨੀਆਂ ਰੋਡ ਦੇ ਉੱਤੇ ਔਰ ਸਰਕਾਰ ਵੱਲੋਂ ਆ ਰਹੀਆਂ ਨੇ ਉਹਨਾਂ ਬਾਰੇ ਚਰਚਾ ਕੀਤੀ ਹੈ ਜਿਹਦੇ ਵਿੱਚ ਨਿਕਲ ਕੇ ਆਇਆ ਕਿ ਜੋ ਹਿਮਾਚਲ ਸਰਕਾਰ ਨੇ 5 ਗੁਣੇ ਤੋਂ ਵੱਧ ਟੈਕਸ ਵਧਾ ਦਿੱਤੇ ਨੇ ਉਹਦੇ ਵਿਰੋਧ ਵਿੱਚ ਅਸੀਂ ਸੋਮਵਾਰ ਨੂੰ 25 ਤਰੀਕ ਨੂੰ ਸ਼ਿਮਲਾ ਜਾ ਰਹੇ ਹਾਂ ਵਿਧਾਨ ਸਭਾ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਅਤੇ ਟਰਾਂਸਪੋਰਟ ਮਿਨਿਸਟਰ ਨੂੰ ਮਿਲਣ ਵਾਸਤੇ ਨਾਲ ਦੇ ਨਾਲ ਇਹ ਚਿਤਾਇਆ ਗਿਆ ਹੈ ਸਾਡੀ ਸਾਰੀ ਯੂਨੀਅਨਾਂ ਵੱਲੋਂ ਉਹਦੇ ਵਿਚਕਾਰ ਦਿੱਲੀ ਦੀ ਯੂਨੀਅਨਾਂ ਉੱਤਰਾਖੰਡ ਦੀਆਂ ਉੱਤਰ ਪ੍ਰਦੇਸ਼ ਦੀਆਂ ਰਾਜਸਥਾਨ ਦੀਆਂ ਹਰਿਆਣਾ ਦੀਆਂ ਇਹ ਗੱਠਜੋੜ ਕੀਤਾ ਗਿਆ ਕਿ ਅਸੀਂ ਸੋਮਵਾਰ ਨੂੰ ਅਗਰ ਸਾਨੂੰ ਕੋਈ ਆਸ਼ਵਾਸਨ ਨਹੀਂ ਮਿਲਿਆ ਜਾਂ ਕਾਰਵਾਈ ਨਹੀਂ ਹੋਈ ਅਸੀਂ ਉਸੇ ਦਿਨ ਤੋਂ ਹਿਮਾਚਲ ਪ੍ਰਦੇਸ਼ ਵਾਸਤੇ ਕੋਈ ਵੀ ਬੁਕਿੰਗ ਨਹੀਂ ਚੱਕਾਂਗੇ ਨਾਲ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਸੋਮਵਾਰ ਸਾਡੀ ਚਿੱਠੀ ਜੋ ਮੰਗ ਪੱਤਰ ਹੈ ਜਿਹਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਕਿ ਸਰਕਾਰ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਰੁਜ਼ਗਾਰ ਮੁਹੱਈਆ ਨਹੀਂ ਕਰਦੀ ਸਾਡੇ ਜਿੰਨੇ ਵੀ ਵੀਰ ਨੇ ਚਾਲਕ ਅਤੇ ਮਾਲਕ ਜੋ ਆਪਣੇ ਆਪ ਆਪਣੇ ਰੁਜ਼ਗਾਰ ਨੂੰ ਪੈਦਾ ਕਰਦੇ ਨੇ ਅਤੇ ਆਪਣੇ ਨਾਲ ਨਾਲ ਕਈ ਪਰਿਵਾਰਾਂ ਦਾ ਢਿੱਡ ਭਰਦੇ ਨੇ ਪਰ ਅੱਜ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਜੋ ਕਹੀਏ ਕਿ ਸਬਕਾ ਸਾਥ ਸਬਕਾ ਵਿਕਾਸ ਮੈਨੂੰ ਲੱਗਦਾ ਉਹ ਸਾਡਾ ਵਿਕਾਸ ਤਾਂ ਨਹੀਂ ਹੈ ਜਦਕਿ ਅਸੀਂ ਟੂਰਿਜ਼ਮ ਦੀ ਜੋ ਭਰਪਾਈ ਹੈ ਜਿੱਥੇ ਕਿ ਹਿਮਾਚਲ ਗੌਰਮੈਂਟ ਨੂੰ ਸਭ ਤੋਂ ਵੱਧ ਮੁਨਾਫਾ ਹੁੰਦਾ ਉਹ ਸਾਡੀਆਂ ਟੈਕਸੀਆਂ ਬੱਸਾਂ ਰਾਹੀਂ ਟੈਂਪੂ ਨਾਲ ਹੀ ਹੁੰਦਾ ਅੱਜ ਸਾਡੇ ਵਿਚਕਾਰ ਲੋਡਿੰਗ ਤੋਂ ਵੀ ਸ਼੍ਰੀ ਸ਼ਾਮ ਸੁੰਦਰ ਜੀ ਨਾਲ ਬੈਠੇ ਨੇ ਬਾਕੀ ਯੂਨੀਅਨਾਂ ਸਾਰੀਆਂ ਆ ਗਈਆਂ ਨੇ ਅਗਰ ਸੋਮਵਾਰ ਨੂੰ ਕੋਈ ਵੀ ਮੰਗ ਨਾ ਮੰਨੀ ਗਈ ਤਾਂ ਸ਼ੁੱਕਰਵਾਰ ਨੂੰ ਅਸੀਂ ਜਿੰਨੇ ਵੀ ਹਿਮਾਚਲ ਪ੍ਰਦੇਸ਼ ਨੂੰ ਰੋਡ ਜਾਂਦੇ ਨੇ ਸਾਰੇ ਜਾਮ ਕਰ ਦੇਵਾਂਗੇ ਇੱਕ ਦਿਨ ਵਾਸਤੇ ਔਰ ਜੇ ਗੱਲ ਨਾ ਬਣੀ ਤਾਂ ਇਹ ਫੈਸਲਾ ਅੱਗੇ ਵਧਾਇਆ ਜਾ ਸਕਦਾ ਸਾਡੀ ਅੱਜ ਦੀ ਜੋ ਮੀਟਿੰਗ ਅੰਦਰ ਅਸੀਂ ਫੈਸਲਾ ਲਿਆ ਉਹ ਇਹੀ ਹੈ ਕਿ ਜਿਹੜਾ ਟੈਕਸ ਹਰ ਵਾਰ ਗੌਰਮੈਂਟ ਵਧਾ ਦਿੰਦੀ ਹੈ ਉਹਦੇ ਵਾਸਤੇ 1 ਟਨ ਟੈਕਸ ਦਾ ਮੁੱਦਾ ਅਸੀਂ ਰੱਖਿਆ
ਕਿ ਇੱਕ ਰਾਸ਼ਟਰ ਜਿਵੇਂ GST ਇੱਕ ਹੋ ਗਈ ਹੈ ਅਤੇ ਕਿਉਂ ਨਾ ਇੱਕੋ ਟੈਕਸ ਸਾਰੇ ਹਿੰਦੁਸਤਾਨ ਵਿੱਚ ਹੋਣਾ ਚਾਹੀਦਾ। ਅੱਜ ਜਿਵੇਂ ਤੁਸੀਂ ਸਾਰੇ ਵਾਕਫ ਹੋ ਕਿ ਮਹਿੰਗਾਈ ਦੀ ਮਾਰ ਹਰ ਬੰਦਾ ਚੱਲ ਰਿਹਾ, ਉਹਦੇ ਵਿਚਕਾਰ ਡੀਜ਼ਲ ਦੇ ਰੇਟ ਥੋ ਤੋਂ ਕਿਸੇ ਤੋਂ ਲੁਕੇ ਨਹੀਂ ਕਿ ਕਿੰਨੇ ਵੱਧ ਗਏ ਨੇ। ਅੱਜ ਸਾਡੀਆਂ ਗੱਡੀਆਂ ਡੀਜ਼ਲ ਅਤੇ ਪੈਟਰੋਲ ਨਾਲ ਚੱਲਦੀਆਂ ਨੇ, ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਨਾ ਤਾਂ ਸਾਡੇ ਇਸ ਕਿੱਤੇ ਵਿੱਚ ਸਰਕਾਰ ਕੋਈ ਭਾਈਵਾਲੀ ਬਣਦੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਭਾਈਵਾਲੀ ਬਣਦੀ ਹੈ। ਅੱਜ ਜੇ ਅੱਜ 80 ਰੁਪਏ ਤੇਲ, 70 ਰੁਪਏ ਤੇਲ ਖਰਚ ਕਰਕੇ 80 ਸਵਾਰੀ ਤੋਂ ਪੈਸੇ ਵੱਧ ਮੰਗ ਲਈਏ ਅਤੇ ਸਵਾਰੀ ਕਹਿੰਦੀ ਕਿ ਮੇਰੀ ਸਮਰੱਥਾ ਨਹੀਂ ਹੈ, ਉਹਦਾ ਨੁਕਸਾਨ ਕੀ ਹੁੰਦਾ ਹੈ ਕਿ ਜਦੋਂ ਸਾਨੂੰ ਪੂਰਾ ਪੈਸਾ ਨਹੀਂ ਮਿਲੇਗਾ ਤਾਂ ਅਸੀਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਜਾਂ ਹੋਰ ਕਿਤੇ ਕਿਵੇਂ ਕਰ ਪਾਵਾਂਗੇ। ਅੱਜ ਸਰਕਾਰ ਨੂੰ ਅਸੀਂ ਬਹੁਤ ਚੰਗਾ ਸੁਝਾਅ ਦਿੰਦੇ ਹਾਂ ਕਿ ਸਰਕਾਰ ਇੱਕ ਪਹਿਲ ਕਰੇ, ਸਰਕਾਰ ਇਹ ਕਹੇ ਕਿ ਅੱਜ ਅਸੀਂ ਜਿੰਨੀ ਯੈਲੋ ਪਲੇਟ ਗੱਡੀ ਹੈ, ਚਾਹੇ ਉਹਦੇ ਵਿੱਚ ਆਟੋ ਹੈ, ਟੈਕਸੀ ਹੈ, ਟੈਂਪੂ ਹੈ, ਟਰੱਕ ਹੈ, ਬੱਸ ਹੈ, ਉਹ ਟੋਟਲ ਟੈਕਸ ਫਰੀ ਕਰ ਦਿੱਤੀ ਹੈ। ਜਿਸ ਦੇ ਨਾਲ ਮੈਂ ਤੁਹਾਨੂੰ ਲਿਖ ਕੇ ਦਿੰਦਾ ਔਰ ਤੁਹਾਡੇ ਮਾਧਿਅਮ ਨਾਲ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਵੀ ਤੁਹਾਡੇ ਮਹਿੰਗਾਈ ਹੈ, ਜੋ ਟਰੱਕਾਂ ਤੋਂ ਤੁਸੀਂ ਟੈਕਸ ਚੱਕ ਲਿਆ, ਜੋ ਟੈਕਸੀਆਂ ਨੂੰ ਟੈਕਸ ਚੱਕ ਲਿਆ, ਜੋ ਬੱਸਾਂ ਨੂੰ ਟੈਕਸ ਚੱਕ ਲਿਆ, ਤਾਂ ਮਹਿੰਗਾਈ ਦੀ ਰੇਸ਼ੋ 1 ਲੱਖ ਘੱਟ ਹੋ ਜਾਏਗੀ। ਅੱਜ ਬੰਦਾ ਇੱਕ ਨੌਕਰੀ ਕਰਨ ਵਾਸਤੇ ਬੱਸ ਵਿੱਚ ਜਾਂਦਾ ਅਤੇ ਉਹਨੂੰ ਡੀਜ਼ਲ ਦੀ ਮਾਰ ਕਰਕੇ ਵਧੇਰਾ ਪੈਸਾ ਦੇਣਾ ਪੈਂਦਾ। ਅੱਜ ਪਰਿਵਾਰਕ ਤੌਰ ਦੇ ਉੱਤੇ ਕਦੇ ਖੁਸ਼ੀ ਕਦੇ ਗਮੀ ਵਿੱਚ ਗੱਡੀਆਂ ਲੈ ਕੇ ਜਾਣੀਆਂ ਪੈਂਦੀਆਂ ਨੇ, ਟੈਕਸੀਆਂ ਕਰਨੀਆਂ ਪੈਂਦੀਆਂ ਨੇ, ਪਰ ਅੱਜ ਡੀਜ਼ਲ ਦੀ ਮੰਗ ਕਰਕੇ, ਅੱਜ ਟੋਲ ਟੈਕਸ ਦੀ ਮੰਗ ਕਰਕੇ, ਅੱਜ ਸਟੇਟ ਟੈਕਸ ਦੀ ਮੰਗ ਕਰਕੇ ਉਹ ਪੈਸਾ ਉਹਦੇ 'ਤੇ ਵੱਧ ਪੈਂਦਾ। ਉਹਦੇ ਕਰਕੇ ਅੱਜ ਤੁਸੀਂ ਦੇਖਦੇ ਹੋ ਖਾਸ ਤੌਰ ਪੰਜਾਬ ਜਾਂ ਹੋਰ ਸਟੇਟਾਂ ਵਿੱਚ ਅੱਜ ਟੈਕਸੀ ਲੈਣ ਦੀ ਬਜਾਏ ਲੋਕ ਸਵਾਰੀ ਜਿਹੜਾ ਮਾਲ ਢੋਣ ਵਾਲੀ ਗੱਡੀ ਉਹਦਾ ਇਸਤੇਮਾਲ ਕਰਦੇ ਨੇ, ਜਿਹਦੇ ਵਿੱਚ ਕੋਈ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਵੇ ਤਾਂ ਕਿਸੇ ਨੂੰ ਕਲੇਮ ਨਹੀਂ ਮਿਲਦਾ। ਸਰਕਾਰ ਨੂੰ ਚੇਤਨਾ ਚਾਹੀਦਾ ਕਿ ਜਿਹੜੀ ਚੀਜ਼ ਜਿਸ ਵਾਸਤੇ ਬਣਾਈ ਗਈ ਹੈ ਉਹ ਉਸਨੂੰ ਉਸ ਕੰਮ ਵਾਸਤੇ ਕਰਨਾ ਚਾਹੀਦਾ। ਤੁਸੀਂ ਕੁਛ ਕਹਿ ਰਹੇ ਸੀ, ਸਾਡਾ ਜੀ ਸ਼ੁੱਕਰਵਾਰ ਨੂੰ ਜਿਹੜੇ ਵੀ ਹਿਮਾਚਲ ਪ੍ਰਦੇਸ਼ ਨੂੰ ਰੋਡ ਜਾਂਦੇ ਨੇ, ਸਾਡੀਆਂ ਸਾਰੀਆਂ ਯੂਨੀਅਨਾਂ ਉਸ ਰੋਡ ਨੂੰ ਬਿਲਕੁਲ ਬੰਦ ਕਰ ਦੇਣਗੀਆਂ। ਔਰ ਇਹ ਤੁਹਾਨੂੰ ਇੱਕ ਚੈਲੰਜ ਦੇ ਰਹੇ ਹਾਂ ਕਿ ਅਗਰ ਸਾਡੇ ਇੱਕ ਬੰਦੇ 'ਤੇ ਰੋਜ਼ੀ ਰੋਟੀ ਖੋਹੀ ਗਈ, ਅੱਜ ਮੇਰੇ ਕੋਲ ਰੋਜ਼ੀ ਰੋਟੀ ਖੋਹੀ ਗਈ ਤਾਂ ਮੈਂ ਤਾਂ ਮਰੀ ਗਿਆ, ਅਤੇ ਮੈਂ ਮਰੂੰਗਾ ਇੱਦਾਂ ਨਹੀਂ। ਮੈਂ ਤਾਂ ਰੋਡ ਦੇ ਵਿੱਚ ਆ ਕੇ ਆਪਣੇ ਹੱਕਾਂ ਵਾਸਤੇ ਲੜੂੰਗਾ। ਮੇਰੀ ਜਿਹੜੀਆਂ ਗੱਡੀਆਂ ਚੱਲਦੀਆਂ ਨੇ, ਜਿਹਨਾਂ ਵਾਸਤੇ ਮੈਂ ਆਪ ਰੋਜ਼ਗਾਰ ਕਮਾ ਰਿਹਾ, ਮੈਂ 70 ਰੁਪਏ ਤੇਲ ਦੇਣ ਤੋਂ ਬਾਅਦ ਵੀ ਅੱਜ ਰੋਂਦੇ ਪਿੱਟਦੇ ਕੰਮ ਕਰ ਰਿਹਾ, ਪਰ ਸਰਕਾਰ ਤੋਂ ਸ਼ਾਇਦ ਜਰਿਆ ਨਹੀਂ ਜਾਂਦਾ। ਇਹ ਨੀਤੀਆਂ ਸਰਕਾਰ ਦੀਆਂ ਖਿਲਾਫ ਨੇ, ਅਸੀਂ ਇਹਦਾ ਕੜਾ ਪੁਰਜ਼ੋਰ ਵਿਰੋਧ ਕਰਦੇ ਹਾਂ। ਔਰ ਮੇਰੀ ਪੂਰੀ ਟੀਮ ਹਰ ਤਰ੍ਹਾਂ ਨਾਲ ਹਰ ਜਗ੍ਹਾ ਤੋਂ ਉਦੋਂ ਤੱਕ ਨਹੀਂ ਉੱਠੇਗੀ ਜਦ ਤੱਕ ਸਾਨੂੰ ਨਿਆਂ ਨਹੀਂ ਮਿਲੇਗਾ। ਸਰ, ਅਸੀਂ ਕਿਸੇ ਟੈਕਸੀ ਵਾਲਾ ਵਿਰੋਧ ਨਹੀਂ ਕਰਦੇ। ਅੱਜ ਜਿਹੜੀ ਗੱਲ ਤੁਹਾਡੀ ਪ੍ਰਾਈਵੇਟ ਟੈਕਸੀ ਦੀ ਗੱਲ ਕਰਦੇ ਹੋ, ਅੱਜ ਜੋ ਇੰਨੀਆਂ ਨੀਤੀਆਂ ਖਰਾਬ ਨੇ, ਸਰਕਾਰ ਸਾਨੂੰ ਪ੍ਰੇਰਿਤ ਕਰ ਰਹੀ ਹੈ, ਸਰਕਾਰ ਸਾਨੂੰ ਬਰਗਲਾ ਰਹੀ ਹੈ ਕਿ ਤੁਸੀਂ ਪ੍ਰਾਈਵੇਟ ਵਾਲੇ ਪਾਸੇ ਜਾਓ, ਤੁਸੀਂ ਬਿਨਾਂ ਟੈਕਸ ਤੋਂ ਤੁਸੀਂ ਚੋਰੀ ਦਾ ਕੰਮ ਕਰੋ। ਇਹ ਚੋਰੀ ਸਰਕਾਰ ਕਰਵਾ ਰਹੀ ਹੈ। ਮੇਰਾ ਨਾਮ ਗੁਰਮੀਤ ਸਿੰਘ ਔਲਖ ਹੈ ਜੀ, ਜਨੈਟਰ ਡਰਾਈਵਰ ਯੂਨੀਅਨ ਤੋਂ ਪੰਜਾਬ ਦਾ ਪ੍ਰਧਾਨ ਹੈ ਮੈਂ। ਅੱਜ ਸਾਡਾ ਜੋ ਖੰਨੇ ਕਲਗੀਧਰ ਗੁਰਦੁਆਰਾ ਵਿਖੇ ਸਾਰੀਆਂ ਯੂਨੀਅਨ ਨੇ ਪੰਜਾਬ ਦੀਆਂ ਰਲ ਕੇ ਜੋ ਅਸੀਂ ਸੰਘਰਸ਼ ਲੜਨ ਜਾ ਰਹੇ ਹਾਂ ਸਰਕਾਰਾਂ ਦੇ ਖਿਲਾਫ, ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ, ਚਾਹੇ ਉਹ ਹਿਮਾਚਲ ਦੀ ਹੋਵੇ, ਚਾਹੇ ਹਰਿਆਣੇ ਦੀ ਹੋਵੇ, ਅਸੀਂ ਪੂਰੇ ਇੰਡੀਆ ਦੀਆਂ ਸਰਕਾਰਾਂ ਦਾ ਵਿਰੋਧ ਕਰ ਰਹੇ ਹਾਂ, ਕਿਉਂਕਿ ਅਸੀਂ ਸੰਘਰਸ਼ ਦੇ ਰਾਹ ਜਾਣਾ ਨਹੀਂ ਸੀ ਚਾਹੁੰਦੇ। ਪਹਿਲਾਂ ਸਾਡਾ ਪੰਜਾਬ ਸਟੇਟ ਨੇ ਟੈਕਸ ਇੰਨਾ ਕਰ ਦਿੱਤਾ, ਉਹ ਚੱਲਿਆ, ਉਸ ਤੋਂ ਸਾਨੂੰ ਨਿਜਾਤ ਕੋਈ ਨਹੀਂ ਮਿਲੀ। ਉਸ ਤੋਂ ਬਾਅਦ ਹਰਿਆਣਾ ਟੈਕਸ ਨੇ, ਹਰਿਆਣੇ ਸਰਕਾਰ ਨੇ ਬਹੁਤ ਜ਼ਿਆਦਾ ਟੈਕਸ ਵਧਾ ਦਿੱਤਾ,
ਉਹ ਤੋਂ ਸਾਨੂੰ ਕੋਈ ਨਿਜਾਤ ਨਹੀਂ ਮਿਲੀ। ਹੁਣ ਵਾਰੀ ਆਈ ਹਿਮਾਚਲ ਦੀ, ਹਿਮਾਚਲ ਨੇ ਇਹਨਾਂ ਦੋਨਾਂ ਦੇਸ਼ਾਂ ਵੱਲ ਪ੍ਰਦੇਸ਼ਾਂ ਵੱਲ ਵੇਖ ਕੇ ਸਾਡਾ ਹਿਮਾਚਲ ਦਾ ਟੈਕਸ ਜਿਹੜਾ ਆ ਜਿੱਥੇ 6000 ਕੱਟ ਹੁੰਦਾ ਸੀ ਸਾਡਾ ਕੁਆਟਰ ਦਾ, ਉਹ ਸਾਡਾ 15000 ਕਰ ਦਿੱਤਾ ਟੈਂਪੂ ਟਰੈਵਲਰ ਦਾ। ਛੋਟੀਆਂ ਗੱਡੀਆਂ ਦਾ ਵੀ ਇਸੇ ਤਰ੍ਹਾਂ ਉਹਨਾਂ ਟੈਕਸ ਸਾਰਾ ਵਧਾ ਦਿੱਤਾ। ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ ਔਰ ਮੰਗ ਕਰਦੇ ਹਾਂ ਸੈਂਟਰ ਸਰਕਾਰ ਦੇ ਕੋਲੋਂ ਕਿ ਪੂਰੇ ਦੇਸ਼ ਭਰ ਦੀਆਂ ਜਿੰਨੀਆਂ ਵੀ ਜਿੰਨੀਆਂ ਨੇ 29 ਸਟੇਟਾਂ ਦੀਆਂ, ਅਸੀਂ ਸਾਰਿਆਂ ਨੂੰ ਜਗਾਵਾਂਗੇ, ਜਗਾ ਕੇ ਸੰਘਰਸ਼ ਦੇ ਰਾਹ 'ਤੇ ਤੋਰਾਂਗੇ, ਘਰ ਨਹੀਂ ਬੈਠਾਂਗੇ। ਅਸੀਂ ਰੋਡ ਜਾਮ ਕਰਾਂਗੇ ਆਪਣੇ ਹੱਕਾਂ ਵਾਸਤੇ। ਜਿਸ ਤਰ੍ਹਾਂ GST ਲਾਇਆ ਗਿਆ ਆ, ਹਰ ਚੀਜ਼ ਦੇ ਉੱਤੇ GST ਆ, ਸਾਡੀਆਂ ਗੱਡੀਆਂ ਵੀ GST ਦੇ ਅੰਦਰ ਆਉਣੀਆਂ ਚਾਹੀਦੀਆਂ, 1 ਟਾਈਮ ਟੈਕਸ ਹੋਣਾ ਚਾਹੀਦਾ। ਅਸੀਂ ਦਿਨ ਸੋਮਵਾਰ 25 ਤਰੀਕ ਨੂੰ ਹਿਮਾਚਲ ਦੇ ਮੁੱਖ ਮੰਤਰੀ ਸਾਹਿਬ ਨੂੰ ਵਿਗਿਆਪਨ ਦੇਣ ਜਾ ਰਹੇ ਹਾਂ। ਉਸ ਤੋਂ ਬਾਅਦ ਜੇ ਸਾਡਾ ਉਹਨਾਂ ਨੇ ਸਾਡਾ ਕੋਈ ਨਾਂ ਸੁਣਿਆ, ਸੁਣਵਾਈ ਨਾ ਕੀਤੀ, 29 ਤਰੀਕ ਦਿਨ ਸੋਮ ਦਿਨ ਸ਼ੁੱਕਰ